ਪਹਾੜੇ ਦੀ ਜ਼ਰੂਰਤ ਹੈ, ਨਾ ਟੀਕੇ ਦੀ ਜ਼ਰੂਰਤ ਹੈ। ਵੰਗਾ ਲਾ ਕੇ ਸਕੂਨ ਨਾਲ ਦੋਸਤਾਂ ਚਵਾਈ ਕਰ ਲੈਣੀ ਹੈ, ਸੁਬਹ ਦੂਸਰਾ ਸੂਈ ਹੈ। ਬਾਈ ਇਸ ਘਰ ਪਿਛਲੇ ਸੂਬੇ ਤੇ ਹੁਣ ਇਸ ਸੂਬੇ ਜਦੋਂ ਤਾਜ਼ੀ ਸੀ, ਕਿੰਨਾ ਕੋਈ ਇਹਦਾ ਦੁੱਧ ਰਿਕਾਰਡ ਬਾਈ। ਇਹ ਖੀਰੀ ਵੀ ਸੂਈ ਸੀ ਸਾਡੇ ਕੋਲ ਹੀ, ਤੇ 18 ਸੇ ਦੁੱਧ ਹੀ ਐਤਕੀ 20 ਸੇ ਦੁੱਧ ਵੈੜੀ ਬਗੈਰ ਵੰਡੇ ਤੋਂ ਦਿੰਦੇ ਰਹੀਏ। ਚੰਗੀ ਐਕਟਿਵ ਬੱਚੀ ਇਹ ਜਿਹੜੀ ਵੈੜ, ਦੋਸਤਾਂ ਨੂੰ ਨੰਬਰ 2 ਤੇ ਚੈੱਕ ਕਰਾਈਏ ਉਹਦੇ ਪਿੱਛੇ। ਠੀਕ ਹੈ ਬਾਈ, ਇਹਦਾ ਚਿਹਰਾ ਸਾਹਮਣੇ ਕਰੋ ਜੀ। ਇਹ ਵੀ ਮੋਨੀ ਹੈ ਜੀ, ਮੋਨੀ ਮਾਸ਼ਾਅੱਲਾ ਜੀ। ਇਹ ਚਿਹਰਾ ਵੀ ਦੋਸਤਾਂ ਵੇਖ ਲੈਣਾ, ਇਹ ਛੋਟਾ ਜਿਹਾ ਚਿਹਰਾ, ਚਿਹਰੇ 'ਚ ਬੈਂਡ ਵੀ ਆਵੇ, ਅੱਖ ਮੋਟੀ ਹੈ, ਧੁੰਨੀ ਛੋਟੀ ਹੈ, ਕੋਲੀ ਵੀ ਦੋਸਤਾਂ ਵੇਖ। ਅਸਲਾਮੁਅਲੈਕੁਮ ਸਜਣੋ ਤੇ ਬੇਲੀਓ, ਉਮੀਦ ਕਰਨਾ ਕਿ ਸਾਰੇ ਦੋਸਤ ਅਹਿਬਾਬ ਅੱਲਾਹ ਪਾਕ ਦੇ ਫਜ਼ਲ ਤੇ ਕਰਮ ਦੇ ਨਾਲ ਹੈਰੀਅਤ ਨਾਲ ਹੁੰਦੇ। ਅੱਜ ਦਿਨ ਹੈ ਜੀ ਇਤਵਾਰ ਦਾ, ਤੇ ਇਸ ਟਾਈਮ ਸਿਆਲਕੋਟ ਦੇ ਨੌਜਵਾਨ ਤੇ ਨਾਮਵਰ ਵਪਾਰੀ ਅਲੀ ਅਸਗਰ ਸਾਹਿਬ ਦੇ ਡੇਰੇ ਤੇ ਮੌਜੂਦ ਹਾਂ। ਤੇ ਮਾਸ਼ਾਅੱਲਾ ਜੀ, ਬਾਈ ਅਸਗਰ ਸਾਹਿਬ ਮਿਹਨਤ ਕਰਕੇ ਦੋਸਤਾਂ ਵਾਸਤੇ ਤਿੰਨ ਖੂਬਸੂਰਤ ਅਸਲੀ ਤੇ ਨਸਲੀ ਗਾਵਾਂ ਲੈ ਕੇ ਆਏ ਨੇ, ਜਿਨ੍ਹਾਂ 'ਚ ਮਾਸ਼ਾਅੱਲਾ ਜੀ 2 ਖਾਂਗੜ ਗਾਵਾਂ ਵੀ ਮੌਜੂਦ ਨੇ। ਇਸ ਤੋਂ ਇਲਾਵਾ ਇੱਕ ਬੜੀ ਖੂਬਸੂਰਤ ਖੀਰੀ ਵੱਛੀ ਵੀ ਮੌਜੂਦ ਹੈ। ਕਮ ਅਜ਼ ਕਮ ਕੀਮਤ ਹੈ ਜੀ 75,000। ਸਾਰੇ ਜਾਨਵਰਾਂ ਦੀ ਤਸੱਲੀ ਕਰਾਉਂਦੇ ਹਾਂ, ਅਤੇ ਇਹਨਾਂ ਦਾ ਜਿਹੜਾ ਪਿਆਰ ਮੁਹੱਬਤ ਵਾਲਾ ਜਾਇਜ਼ ਮੁਨਾਸਬ ਰੇਟ ਹੈ ਉਹ ਵੀ ਮਲੂਮ ਕਰਨੇ ਹਾਂ। ਬਾਈ ਅਸਗਰ ਸਾਹਿਬ ਆਓ ਜੀ ਸਾਹਮਣੇ ਜੀ। ਅਸਲਾਮੁਅਲੈਕੁਮ। ਵਾਲੇਕੁਮ ਸਲਾਮ ਜੀ। ਫਾਸ ਭਾਈ ਕੀ ਹਾਲ ਜੀ, ਠੀਕ ਠਾਕ ਹੋ ਜੀ? ਭਾਈ ਅਸਗਰ ਅੱਲਾਹ ਪਾਕ ਦਾ ਬੜਾ ਸ਼ੁਕਰ ਹੈ, ਤੁਸੀਂ ਸੁਣਾਓ ਠੀਕ ਹੋ, ਸਭ ਖੈਰੀਅਤ ਹੈ ਜੀ? ਅਲਹਮਦੁਲਿਲਾ ਠੀਕ ਠਾਕ, ਦੁਆਵਾਂ ਤੁਸੀਂ ਸੁਣਾਓ ਸਭ ਖੈਰੀਅਤ ਜੀ? ਅੱਲਾਹ ਪਾਕ ਦਾ ਬੜਾ ਸ਼ੁਕਰ। ਆਲਰੇਡੀ ਜਨਾਬ ਦੀਆਂ ਕੋਈ ਵੀਡੀਓਜ਼ ਅਪਲੋਡ ਕੀਤੀਆਂ ਨੇ, ਸ਼ੌਕ ਅੱਛਾ ਕਰਾਂਦੇ ਹੋ ਮਾਸ਼ਾਅੱਲਾ ਜੀ ਜੀ। ਤੇ ਵੀਡੀਓ ਫੇਰ ਅੱਜ ਆ ਗਈ ਹੈ, ਦੋਸਤਾਂ ਨੂੰ ਫੇਰ ਆਪਣਾ ਤੇ ਆਪਣੇ ਡੇਰੇ ਦਾ ਵੀ ਮੁਕੰਮਲ ਤਾਰਫ ਕਰਵਾ ਦਿਓ ਜੀ। ਤਹਿਸੀਲੋ ਜ਼ਿਲ੍ਹਾ ਸਿਆਲਕੋਟ ਹੈ ਫਰਾਜ਼ ਭਾਈ, ਪਿੰਡ ਭਾਬੜੇ ਵਾਲਾ, ਮਹੱਲਾ ਮਿਸ਼ਤਾਕਪੁਰ ਦਾ, ਚਿੱਟੀ ਮੋੜਾ ਦੇ ਕੋਲ ਖੀਰੀ ਵੱਛੀ। ਭਾਈ ਅਸਗਰ ਕੋਸ਼ਿਸ਼ ਕਰਨੀ ਹੈ, ਤਜਰਬਾ ਤੇ ਤੁਹਾਡਾ ਕੀ ਹੈ, ਵੀਡੀਓ ਬਣਵਾਉਂਦੇ ਹੋ ਤੇ ਮਾਲ ਵੀ ਸੇਲ ਕਰਦੇ ਹੋ, ਰੇਟ 6 ਹੋਣ, ਮਾਲ ਅੱਗੇ ਚੰਗਾ ਇਨਸ਼ਾਅੱਲਾ, ਸਾਡਾ ਮਾਲ ਵੀ ਵੇਖਿਓ ਤੇ ਦੇਖ ਲਿਓ, ਕਰਾਈਏ ਸ਼ੌਕ ਜੀ। ਬਿਲਕੁਲ, ਇਹ ਪਹਿਲੇ ਤੇ ਕਰਾ ਲਵੋ, ਚਲੋ ਇਹਦੇ ਤੋਂ ਕਰ ਲਵੋ ਸ਼ੁਰੂ। ਦੋਸਤੋ ਨੰਬਰ 1 ਤੇ ਆ ਗਈ ਮਾਸ਼ਾਅੱਲਾ ਜੀ ਖਾਂਗੜ ਹੈ, ਤੇ ਇਹ ਵੀ ਤਸੱਲੀ ਵਾਲੀ ਹੈ, ਰਿਕਾਰਡ ਵਾਲੀ ਹੈ, ਤਸੱਲੀ ਵਾਲੀ। ਇਸ ਵਜ੍ਹਾ ਤੋਂ ਕਿਹਾ ਕਿ ਭਾਈ ਅਸਗਰ ਸਾਹਿਬ ਕਿੰਨੇ ਸੂਏ ਆਪੀ ਘਰ ਹੈ ਜੀ? ਭਾਈ ਇਹ ਸਾਡੀ ਘਰ ਦੀ ਵੈੜੀ ਹੈ, ਦੂਸਰਾ ਸੂਆ ਸੂਈ ਹੈ, ਦੋਏ ਸੂਏ ਅਸੀਂ ਆਪ ਚੁੰਗੀ ਹੈ। ਠੀਕ ਹੈ, ਸੂਆ ਦੂਸਰਾ ਸੂਈ ਹੈ, ਯਾਨੀ ਕਿ ਪਹਿਲਾ ਸੂਆ ਵੀ ਭਾਈਰਾਂ ਕੋਲ ਸੀ, ਦੂਸਰਾ ਸੂਆ ਹੁਣ ਇਹਦਾ ਤੇ ਹੁਣ ਵੀ ਭਾਈਰਾਂ ਕੋਲ ਹੈ। ਭਾਈ ਅਸਗਰ ਸਾਹਿਬ ਦੁੱਧ ਕਿੰਨਾ ਕਿਹਦੇ ਕੋਲ? ਬਸ ਭਾਈ ਇਹਦੇ ਕੋਲ ਇਸ ਟਾਈਮ ਫਿਲ ਵਕਤ ਦੁੱਧ 10 ਕਿਲੋ ਹੈ, ਦੋਵਾਂ ਟਾਈਮਾਂ ਦਾ ਟੋਟਲ 10 ਕਿਲੋ, ਯਾਨੀ ਕਿ ਖਾਂਗੜੇ ਹੁਣ ਚੋਣੇ ਹੀ ਚੋਣੇ, ਕਾਲੇ ਥਣ ਲੱਗੇ ਨੇ ਲਿਬਾਸ, ਦੋਸਤਾਂ ਵੇਖ ਲੈਣਾ। ਭਾਈ ਅਸਗਰ ਸਾਹਿਬ ਸ਼ੌਕ ਕਰਦੇ ਨੇ, ਦੋਸਤਾਂ ਨੂੰ ਵੀ ਕਰਾਉਂਦੇ ਨੇ, ਤੇ ਡੱਕਾ ਵਗੈਰਾ ਤਾਂ ਕੋਈ ਨਹੀਂ ਮੇਰੇ ਖਿਆਲ ਨਾਲ, ਕੋਈ ਡੱਕਾ ਵਗੈਰਾ ਨਹੀਂ ਸਾਥ ਭਾਈ, ਸ਼ਾਮੀ 7 ਵਜੇ ਚੋਈਏ। ਅੱਛਾ, ਕੋਈ 2 ਘੰਟੇ ਢਾਈ ਜਿਹੜਾ ਟਾਈਮ ਲੱਗਦੇ ਆ, ਸ਼ਾਮੀ 7 ਵਜੇ ਤੇ ਹੁਣ ਪੂਰੇ 10 ਹੋ ਗਏ ਨੇ ਜੀ। ਬਿਲਕੁਲ, ਇਹਨੇ ਕਿ ਤਕਰੀਬਨ ਕੋਈ 3 ਕੁ ਘੰਟੇ ਓਵਰ ਹੋਏ ਨੇ। ਇਹ ਸਵੇਰ ਦਾ ਟਾਈਮ ਹੈ, ਸਵੇਰ ਦੂਸਰਾ ਸੂਈ ਹੈ। ਦੁੱਧ ਕਿੰਨਾ ਦੱਸਿਆ ਜੀ ਭਾਈ? 10 ਕਿਲੋ ਦੁੱਧ ਹੈ ਥਲੇ। ਚਵਾਈ ਕਿੰਨੀ ਕਰਦੇ ਹੋ? ਵੇਦੇ ਇੱਥੇ ਹੀ ਖਲਾਰ ਕੇ ਚੋਲਾ ਬੋ ਬੰਗਾ ਲਾ ਕੇ। ਠੀਕ ਹੈ, ਕੋਈ ਪਹਾੜਾ ਛਾੜਾ ਨਹੀਂ, ਕੋਈ ਸ਼ਾਇਰ ਨਹੀਂ ਫਰਾਸ ਭਾਈ, ਇੱਥੇ ਹੀ ਪਹਾੜਾ ਬੰਗਾ ਲਾ ਉੱਤੇ ਚੋਲੋ। ਨਾ ਪਹਾੜੇ ਦੀ ਜ਼ਰੂਰਤ ਹੈ, ਨਾ ਟੀਕੇ ਦੀ ਜ਼ਰੂਰਤ ਹੈ, ਬੰਗਾ ਲਾ ਕੇ ਸਕੂਨ ਨਾਲ ਦੋਸਤਾਂ ਚਵਾਈ ਕਰ ਲੈਣੀ ਹੈ, ਸੁਬਹ ਦੂਸਰਾ ਸੂਈ ਹੈ।
ਬਾਈ ਅਸਗਰ ਪਿਛਲੇ ਸੂਬੇ ਤੇ ਹੁਣ ਇਸ ਸੂਬੇ ਜਦੋਂ ਤਾਜ਼ੀ ਸੀ ਕਿੰਨਾ ਕੋਈ ਇਹਦਾ ਦੁੱਧ ਦਾ ਰਿਕਾਰਡ ਬਾਈ ਇਹ ਖੀਰੀ ਵੀ ਸੂਈ ਸੀ ਸਾਡੇ ਕੋਲ ਹੀ ਤੇ 1800 ਦੁੱਧ ਹੀ ਐਤਕੀ 20 ਦੁੱਧ ਵੈੜੀ ਬਗੈਰ ਵੰਡੇ ਤੋਂ ਦਿੰਦੇ ਦਾ ਹੀ ਹੈ ਵੀ ਕੋਈ ਬਾਈ ਵੰਡਾ ਪਾਏ ਤੇ ਵੈੜੀ 1400-1500 ਦੁੱਧ ਦੇ ਦੀ ਹੁਣ 10 ਕਿਲੋ ਵੇ ਜੀ ਬਿਲਕੁਲ 10 ਕਿਲੋ ਠੀਕ ਹੈ ਇਹ ਪਿਛਲੇ ਸੂਬੇ ਯਾਨੀ ਕਿ ਪਹਿਲਾਂ ਦਾ 18 ਕਿਲੋ ਦਾ ਰਿਕਾਰਡ ਹੈ ਹੁਣ ਸੁਬਾ ਦੂਸਰਾ ਸੂਈ ਹੈ ਜਦੋਂ ਤਾਜ਼ੀ ਸੀ ਉਦੋਂ 20 ਕਿਲੋ ਕਰਦੀ ਰਹੀ ਹੈ ਬਾਈ ਇਹਦਾ ਚਿਹਰਾ ਵੀ ਸਾਹਮਣੇ ਕਰਨਾ ਹੈ ਤੇ ਮਾਸ਼ਾਅੱਲਾ ਜੀ ਚਿਹਰਾ ਵੀ ਦੋਸਤਾਂ ਵੇਖ ਲੈਣਾ ਕੰਨ ਵੀ ਚੈੱਕ ਕਰਨੇ ਨੇ ਰਵੇਲ ਕਾਫੀ ਹੈ ਅੱਗੂ ਕ੍ਰਾਸ ਹੋਈ ਹੈ ਜੇ ਬਸ ਬਈ ਮਹੀਨਾ ਹੋ ਗਿਆ ਟੀਕਾ ਦਾ ਜਿਹਨੂੰ ਬਾਅਦ ਅੱਲਾ ਪਾਕ ਦੇ ਕੰਮ ਨੇ ਕੀ ਪਤਾ ਹੈ ਠੀਕ ਹੈ ਜੀ ਮਹੀਨਾ ਹੋ ਗਿਆ ਤੁਹਾਨੂੰ ਵੀ ਵੇਖ ਲੈਣਾ ਮੁੱਠੀ ਤੁਹਾਨੂੰ ਮਾਸ਼ਾਅੱਲਾ ਜੀ ਠੀਕ ਹੈ ਬਈ ਲੈ ਚਲੋ ਇਹ ਇੰਜੈਕਸ਼ਨ ਅੱਛਾ ਰਹਾ ਹੈ ਜੀ ਬਿਲਕੁਲ ਫਰੀਜ਼ੀਅਨ ਇਹੋ ਜਿਹੜੀ ਹੈ ਡੱਬੇ ਦਾ ਨਸਲ ਕੀ ਹੈ ਦੀ ਇਹ ਫਰੀਜ਼ੀਅਨ ਨੇ ਬਸ ਬਈ ਫਰੀਜ਼ੀਅਨ ਤਾਂ ਕੋਈ ਹਲਕਾ ਜਿਹਾ ਵਿੱਚ ਚੁਲਸਤਾਨੀ ਵੀ ਹੈ ਵੇ ਸੁਆ ਦੂਸਰਾ ਸੂਈ ਹੈ ਮਹੀਨਾ ਹੋ ਗਿਆ ਇੰਜੈਕਸ਼ਨ ਰਹਾਇਆ ਕ੍ਰਾਸ ਹੋਈ ਹੈ ਦੁੱਧ 10 ਕਿਲੋ ਵੇ ਤੇ ਅੱਗੂ ਜੋ ਅੱਲਾ ਜ਼ਾਤ ਨੂੰ ਮਨਜ਼ੂਰ ਹੋਏ ਗੱਬਨ ਨਿਕਲਦੀ ਹੈ ਜਾਂ ਨਹੀਂ ਨਿਕਲਦੀ ਇਸ ਚੀਜ਼ ਦੀ ਗਰੰਟੀ ਫਿਲਹਾਲ ਨਹੀਂ ਹੈ ਜੀ ਭਾਈ ਅਸਗਰ ਸਾਹਿਬ ਵੈੜ ਨੰਬਰ 1 ਦਾ ਰੇਟ ਸੋਹਣਾ ਜਿਹਾ ਖੜਾ ਕਰ ਜੀ ਬਸ ਭਾਈ ਵੈੜੀ ਤੁਹਾਡੀ ਦੋਏ ਸੂਏ ਅਸੀਂ ਘਰ ਦੀ ਚੁੰਗੀ ਹੈ ਤਾਂ ਸਲਾ ਲਈਏ ਠੀਕ ਹੈ ਤੇ ਵੈੜੀ ਸਾਡਾ ਤੇ ਦੇਲਾਂ ਦੇ ਬੜਿਆਂ ਪੈਸਿਆਂ ਦੀ ਚੰਗੀ ਹੈ ਠੀਕ ਹੈ ਤੇ ਜੇ ਕਿਸੇ ਭਰਾ ਨੂੰ ਪਸੰਦ ਆਏ 2,20,000 ਰੁਪਏ 2,20,000 ਜੀ ਠੀਕ ਹੈ ਅੱਗੇ ਭਾਈ ਲੈ ਆਓ ਜੀ ਨੰਬਰ 2 ਵਾਲੀ ਨੰਬਰ 1 ਤੇ ਚੈੱਕ ਕਰਾਈਏ ਕੀਮਤ ਡਿਮਾਂਡ 2,20,000 ਰੁਪਏ ਆ ਗਈ ਮਾਸ਼ਾਅੱਲਾ ਜੀ ਨੰਬਰ 2 ਤੇ ਇਹ ਵੀ ਖਾਂਗੜੇ ਜੀ ਇਹ ਵੀ ਖਾਂਗੜੇ ਭਾਈ ਇਸ ਕਰਾਂ ਜਰਾ ਸਿੱਧੀ ਕਰੋ ਆ ਚੈੱਕ ਕਰੋ ਮਾਸ਼ਾਅੱਲਾ ਜੀ ਇਹ ਜਰਸੀ ਕਰਾਸ ਹੈ ਜੀ ਜੇ ਜਰਸੀ ਕਰਾਸ ਹੈ ਠੀਕ ਹੈ ਮਾਸ਼ਾਅੱਲਾ ਜੀ ਰਵੇਲ ਦੋਸਤਾਂ ਵੇਖ ਲੈਣੀ ਹੈ ਕਾਲੇ ਥਣ ਲੱਗੇ ਨੇ ਥਣ ਵੀ ਦੋਸਤਾਂ ਚੈੱਕ ਕਰਾ ਦਿੰਦੇ ਆ ਨੰਬਰ 2 ਤੇ ਆ ਗਈ ਹੈ ਖਾਂਗੜ ਗਾਂ ਮਾਸ਼ਾਅੱਲਾ ਜੀ ਜੀ ਭਾਈ ਅਸਗਰ ਸਾਹਿਬ ਕਿੰਨਾ ਸੁਆ ਸੁਈਏ ਤੇ ਕਿੰਨਾ ਜੀ ਫਾਸ ਭਾਈ ਇਹ ਪਹਿਲਨ ਵੈੜ ਹੈ ਪਹਿਲਨ ਵੈੜ ਹੈ ਮਾਸ਼ਾਅੱਲਾ ਜੀ ਕਿੰਨੇ ਦੰਦੇ ਇਹ ਫਾਸ ਭਾਈ ਜਵਾਨ ਹੋ ਗਏ ਜਵਾਨ ਕਨੀਆਂ ਦੇ ਕੱਢ ਗਈ ਹੈ ਜੀ ਕੱਢ ਗਈ ਠੀਕ ਹੈ ਸੁਆ ਪਹਿਲਾ ਸੁਈਏ ਖਾਂਗੜ ਵੈੜ ਹੈ ਨੰਬਰ 2 ਤੇ ਆ ਗਈ ਹੈ ਬਾਈ ਅਸਗਰ ਸਾਹਿਬ ਦੁੱਧ ਕਿੰਨਾ ਤੇ ਅਗੂ ਕ੍ਰਾਸ ਵੀ ਆਵੇ ਜੀ ਫਾਸ ਭਾਈ 5 ਮਹੀਨਿਆਂ ਦੀ ਗੱਭਾ ਨੇ ਡਾਕਟਰ ਪਾਸੇ 8 ਕਿਲੋ ਦੁੱਧ ਦੇ ਵੈੜੀ ਦੇ ਕੋਲ ਦੁੱਧ 8 ਕਿਲੋ 8 ਕਿਲੋ ਦੁੱਧ ਦੇ ਪਿਆਰੇ ਭਾਈ ਇੱਥੇ ਜ਼ਰਾ ਸਿੱਧੀ ਕਰਨੀ ਹੈ ਨੰਬਰ 2 ਤੇ ਆ ਗਈ ਸੁਆ ਪਹਿਲਾ ਸੂਈ ਹੈ ਜੀ 5 ਮਹੀਨੇ ਦੀ ਕਨਫਰਮ ਡਾਕਟਰ ਦੀ ਪਾਸ ਹੈ ਦੁੱਧ 8 ਕਿਲੋ ਵੇ 8 ਕਿਲੋ ਦੁੱਧ ਦੇ ਤਸੱਲੀ ਕਰਕੇ ਕੋਈ ਚੋ ਗਿਆ ਇੱਥੇ ਘੜੇ ਭਾਈ ਇਹਦਾ ਚਿਹਰਾ ਵੀ ਸਾਹਮਣੇ ਕਰਨਾ ਮਾਸ਼ਾਅੱਲਾ ਜੀ ਜਰਸੀ ਦੇ ਵਿੱਚ ਕੋਈ ਚੁਲਸਤਾਨੀ ਕ੍ਰਾਸ ਹੈ ਜਰਸੀ ਚੁਲਸਤਾਨੀ ਕ੍ਰਾਸ ਠੀਕ ਹੈ ਮਾਸ਼ਾਅੱਲਾ ਜੀ ਜ਼ਿਆਦਾ ਜਰਸੀ ਹੈ ਤੇ ਵਿੱਚ ਚੁਲਸਤਾਨੀ ਕ੍ਰਾਸ ਵੀ ਹੈ ਦੁੱਧ 8 ਕਿਲੋ 8 ਕਿਲੋ ਚੁਆਈ ਜਾ ਤੇ ਕਰਦੇ ਹੋ ਜਾਂ ਪਹਾੜੇ ਤੇ ਇਹਦੀ ਚੁਆਈ ਪਹਾੜੇ ਤੇ ਕਰਨੀ ਹੈ ਪਹਾੜੇ ਤੇ ਪਿੱਛੇ ਦੇ ਬੱਚੀ ਵੀ ਹੈ ਬੜੀ ਖੂਬਸੂਰਤ ਤੇ ਦੋਵਾਂ ਦਾ ਰੇਟ ਜੋੜੇ ਦਾ ਵੀ ਲਵਾਨੇ ਆ ਤੇ ਅਲੱਗ ਅਲੱਗ ਵੀ ਲਵਾਨੇ ਆ ਤੁਹਾਨੂੰ ਦੋਸਤਾਂ ਫਿਰ ਵੇਖ ਲੈਣੇ ਨੇ ਮਾਸ਼ਾਅੱਲਾ ਜੀ 5 ਮਹੀਨੇ ਮੁਕੰਮਲ ਹੋ ਗਏ ਨੇ ਚੁਆਈ ਬੜੀ ਪਿਆਰੀ ਹੈ ਚੋਣ ਚੋਣ ਦੀ ਗਰੰਟੀ ਹੋਏ ਦੀ ਪਸਮਾਰ ਦੀ ਭਾਰ ਦੀ ਸਾਰਾ ਹਰ ਸ਼ੈ ਦੀ ਠੀਕ ਹੈ ਆ ਪੁੱਠਾ ਵੀ ਦੋਸਤਾਂ ਵੇਖਣਾ ਮਾਸ਼ਾਅੱਲਾ ਜੀ ਤੇ ਲਿਬਾਸ ਵੀ ਦੋਸਤਾਂ ਚੈੱਕ ਕਰਾ ਦਿੰਨੇ ਆ 8 ਕਿਲੋ ਦੁੱਧ ਨਾਲ ਮੱਛੀ ਵੀ ਆ ਬਾਤ ਭਾਈ ਇਹਦੇ ਪਿੱਛੇ ਆ ਭਾਈ ਅਸਗਰ ਵੈੜ ਬੰਨੋ ਵੱਛੀ ਬੜੀ ਨਸਲੀ ਉਹ ਜਿਹੜਾ ਨਾ ਤਸੱਲੀ ਨਾਲ ਚੈੱਕ ਕਰਾਨੇ ਆ ਲੈ ਆਵੋ ਵੈੜ ਨੂੰ ਲੈ ਆਵੋ ਅਲੱਗ ਵੀ ਰੇਟ ਲਵਾਨੇ ਆ ਤੇ ਜੋੜੇ ਦਾ ਇਕੱਠਾ ਵੀ ਲਵਾਨੇ ਆ ਜੀ 5 ਮਹੀਨੇ ਹੋ ਗਏ ਨੇ ਕਨਫਰਮ ਗੱਬਨ ਸੁਆ ਹੁਣ ਦੂਸਰਾ ਸੋਣਾ ਜਰਸੀ ਤੇ ਚੁਲਸਤਾਨੀ ਕ੍ਰਾਸ ਹੈ ਦੁੱਧ 8 ਕਿਲੋ ਵੇ ਯਾਨੀ ਕਿ 4 ਮਹੀਨੇ ਦੀ ਮਿਹਨਤ ਤੇ ਨਾਲ ਦੁੱਧ ਵੀ ਦੋਸਤਾਂ ਨੂੰ ਮਿਲ ਜਾਣਾ ਪੁੱਠਾ ਵੀ ਦੋਸਤਾਂ ਵੇਖ ਲੈਣਾ ਤੇ ਬਰੀਡ ਅੱਛੀ ਹੈ ਕ੍ਰਾਸ ਮਜ਼ਬੂਤ ਤੇ ਦੁੱਧ ਵੀ ਫੈਟ ਵਾਲਾ ਹੁੰਦਾ ਜੀ ਭਾਈ ਅਸਗਰ ਸਾਹਿਬ ਵੈੜੀ ਦਾ ਕੱਲਾ ਵੀ ਰੇਟ ਲਾਓ ਤੇ ਫਿਰ ਜੋੜੇ ਦਾ ਵੀ ਲਵਾਨੇ ਆ ਬਸ ਭਾਈ ਜੇ ਤੇ ਕੋਈ ਵੱਛੀ ਪਹਿਲੇ ਵਹਾ ਲਈਏ ਕਿ ਬਾਅਦ ਚ ਵਹਾਣੀ ਚਲੋ ਵੱਛੀ ਵਹਾ ਲਓ ਪਹਿਲੇ ਵੱਛੀ ਵਹਾ ਲਓ ਫਿਰ ਰੇਟ ਦਾਂਗੇ ਠੀਕ ਹੈ ਇਹ ਚੈੱਕ ਕਰੋ ਮਾਸ਼ਾਅੱਲਾ ਇਹ ਵੱਛੀ ਹੈ ਇਹਦੇ ਵਿੱਚ ਇਹ ਖੀਰੀ ਵੱਛੀ ਹੈ ਇਹਦੇ ਨਾਲ ਹੀ ਹੈ ਲੇਕਿਨ ਇਹਦਾ ਰੇਟ ਦੋਸਤਾਂ ਨੂੰ ਅਲੱਗ ਵੀ ਦੱਸਨੇ ਆ ਇਹਦੀ ਮਾਂ ਦੀ ਵੀ ਨਾ ਸਜ਼ਾ ਦਿਖਾਓ ਤੇ ਵੱਛੀ ਦੀ ਵੀ ਵਹਾਓ ਇਹ ਚੈੱਕ ਕਰੋ ਮਾਸ਼ਾਅੱਲਾ ਜੀ ਚੰਗੀ ਐਕਟਿਵ ਵੱਛੀ ਹੈ ਇਹ ਜਿਹੜੀ ਵੈੜ ਦੋਸਤਾਂ ਨੂੰ ਨੰਬਰ 2 ਤੇ ਚੈੱਕ ਕਰਾਈਏ ਉਹਦੇ ਪਿੱਛੇ ਵੀ ਠੀਕ ਹੈ ਭਾਈ ਇਹਦਾ ਚਿਹਰਾ ਸਾਹਮਣੇ ਕਰੋ ਜੀ ਇਹ ਵੀ ਮੋਨੀ ਹੈ ਜੀ ਮੋਨੀ ਬਿਲਕੁਲ ਮਾਸ਼ਾਅੱਲਾ ਜੀ ਇਹ ਚਿਹਰਾ ਵੀ ਦੋਸਤਾਂ ਵੇਖ ਲੈਣਾ ਇਹ ਛੋਟਾ ਜਿਹਾ ਚਿਹਰਾ ਚਿਹਰੇ 'ਚ ਬੈਂਡ ਵੀ ਆਵੇ ਅੱਖ ਮੋਟੀ ਹੈ ਧੁੰਨੀ ਛੋਟੀ ਹੈ ਕੋਲੀ ਵੀ ਦੋਸਤਾਂ ਵੇਖਣੀ ਹੈ ਮਾਂ ਜਿੱਡੀ ਹੋਈ ਹੈ ਬਾਤ ਭਾਈ ਮਾਸ਼ਾਅੱਲਾ ਵੇਖੋ ਭਾਈ ਐਂਜਲ ਕਾ ਜਿਹਾ ਚੱਕਰ ਲਵਾਇਓ ਕੀ ਨਸਲ ਹੈ ਭਾਈ ਅਸਗਰ ਸਾਹਿਬ ਦੀ ਬਾਸ ਭਾਈ ਇਹ ਜਰਸੀ ਕਰਾਸ ਹੈ ਜਰਸੀ ਤੇ ਸਾਈਵਾਲ ਕਰਾਸ ਹੈ ਮਾਸ਼ਾਅੱਲਾ ਜੀ ਇਹ ਵੀ ਮਜ਼ਬੂਤ ਕਰਾਸ ਹੈ ਜੀ
ਇਹ ਥਣਵੀ ਚਾਰ ਨੇ ਥਣ ਬੜੇ ਸੋਹਣੇ ਨੇ ਦੋਸਤਾਂ ਨੂੰ ਥਣਵੀ ਚਾਰ ਥਣ ਵੇਖੋ ਫਾਸ ਭਾਈ ਥਣ ਪਾਓ ਮਾਸ਼ਾਅੱਲਾ ਕਿ ਪੋਟਾ ਪੋਟਾ ਹੁਣ ਹੀ ਥਣ ਨੇ ਲੰਮੇ ਦੇ ਇਹ ਚੈੱਕ ਕਰ ਲਓ ਮਾਸ਼ਾਅੱਲਾ ਪੁੱਠਾ ਵੀ ਦੋਸਤਾਂ ਵੇਖ ਲੈਣਾ ਚਿਹਰਾ ਵਿਖਾਓ ਬੱਚੀ ਪੂਰੀ ਤੋਂ ਸੱਲਾ ਪਾਓ ਕਰਿਓ ਭਾਈ ਚਿਹਰਾ ਸਾਹਮਣੇ ਕਰਿਓ ਇਹ ਚੈੱਕ ਕਰੋ ਮਾਸ਼ਾਅੱਲਾ ਜੀ ਠੀਕ ਹੈ ਐਕਟਿਵ ਪੂਰਾ ਦੱਸ ਦੀ ਵੀ ਦੋਸਤਾਂ ਨੂੰ ਕਿ ਬਾਕੀ ਮੈਂ ਐਕਟਿਵ ਹਾਂ ਇਹ ਚੈੱਕ ਕਰ ਲਓ ਮਾਸ਼ਾਅੱਲਾ ਜੀ ਖੀਰੀ ਬੱਚੀ ਕਿੰਨੇ ਕੁ ਮਹੀਨੇ ਦੀ ਹੈ ਜੀ ਫਰਾਜ਼ ਭਾਈ ਇਹ ਬੱਚੀ ਹੋ ਗਈ ਹੈ 8 ਮਹੀਨੇ ਦੀ 8 ਮਹੀਨੇ ਦੀ ਹੋ ਗਈ ਜੀ 8 ਮਹੀਨੇ ਠੀਕ ਹੈ ਜੀ ਭਾਈ ਅਸਗਰ ਹੁਣ ਜੋੜੇ ਦਾ ਰੇਟ ਵੀ ਦੋਸਤਾਂ ਨੂੰ ਦੱਸਣਾ ਤੇ ਅਲੱਗ ਅਲੱਗ ਵੀ ਰੇਟ ਦੱਸਣਾ ਫਰਾਜ਼ ਭਾਈ ਰੇਟ ਕੋਈ ਮੈਂ ਥਾਣ ਤਰਾ ਚੈੱਕ ਕਰਾ ਲਾਂ ਆਇਓ ਜ਼ਰਾ ਇੱਧਰ ਇਹ ਚੈੱਕ ਕਰ ਲਓ ਮਾਸ਼ਾਅੱਲਾ ਜੀ ਠੀਕ ਹੈ ਜੀ ਭਾਈ ਅਸਗਰ ਫਰਾਜ਼ ਭਾਈ ਜੇ ਤੇ ਕੋਈ ਲਵੇ ਜੋੜਾ ਠੀਕ ਹੈ ਤੇ ਫੇਰ ਇਹਨਾਂ ਦਾ 2,65,000 ਰੁਪਇਆ ਠੀਕ ਹੈ ਠੀਕ ਹੈ ਤੇ ਜੇ ਕੋਈ ਕੱਲੀ ਕੱਲੀ ਲਏ ਤੇ ਵੈੜੀ ਦਾ 1,90,000 ਰੁਪਇਆ ਠੀਕ ਹੈ ਤੇ ਜੇ ਕੋਈ ਵੱਛੀ ਕੱਲੀ ਲਏ ਤੇ ਉਹਦਾ 75,000 ਰੁਪਇਆ ਇਹ 2,65 ਹੋ ਗਿਆ ਇਹ 2,65 ਤੇ ਜੇ ਕੋਈ ਮੁਕੰਮਲ ਸੈੱਟ ਲਵੇ ਤੇ 2,53,000 ਰੁਪਇਆ ਦਾ ਦਿਆਂਗੇ ਜ਼ਬਰਦਸਤ ਯਾਨੀ ਕਿ ਵੈੜੀ ਦਾ ਰੇਟ 1,90,000 ਕੱਲੀ ਦਾ ਜਿਹੜੀ ਪਿੱਛੇ ਬੱਚੀ ਹੈ ਖੀਰੀ ਬੱਚੀ ਹੈ 8 ਮਹੀਨੇ ਦੀ ਹੈ ਜਰਸੀ ਤੇ ਸਾਹੀਵਾਲ ਕਰਾਸ ਹੈ ਇਹਦਾ ਰੇਟ 75,000 ਇਹ ਟੋਟਲ ਬਣਦਾ 2,65,000 ਅਗਰ ਕੋਈ ਦੋਸਤ ਦੋਵੇਂ ਜਾਨਵਰ ਇਕੱਠੇ ਲੈਂਦਾ ਹੈ ਗਾਂ ਵੀ ਤੇ ਬੱਚੀ ਵੀ ਫਿਰ ਰੇਟ ਹੋਈ ਇਹਦਾ 2,55,000 ਯਾਨੀ ਕਿ 10,000 ਲੈਸ ਹੋਈ ਇਹਦਾ ਠੀਕ ਹੈ ਭਾਈ ਅੱਗੇ ਲਿਆਓ ਜੀ ਗਾਂ ਨੰਬਰ 3 ਅੱਗੇ ਆ ਗਈ ਮਾਸ਼ਾਅੱਲਾ ਜੀ ਗਾਂ ਨੰਬਰ 3 ਚੰਗੀ ਪਹਿਲਵਾਨ ਗਾਂ ਵੇ ਵੱਡੀ ਜਸਾਮਤ ਤੇ ਚੋੜਾ ਮੱਝਾਂ ਦਾ ਲੇਖਾ ਪੁੱਠਾ ਮਾਸ਼ਾਅੱਲਾ ਜੀ ਗਾਂ ਦੀ ਗਾਂ ਵੇ ਮੱਝ ਦੀ ਮੱਝ ਰਵੇਲ ਕਾਫੀ ਹੈ ਗੱਬਣੇ ਵਾਲੇ ਕੱਚੀ ਹੈ ਕਿੰਨਵਾਂ ਸੋਹਾ ਨੇ ਸੋਹਣਾ ਭਾਈ ਫਰਾਜ਼ ਭਾਈ ਦੂਸਰੇ ਸੋਹੇ ਸੋਹਣਾ ਸੋਹਾ ਦੂਸਰਾ ਸੋਹਣਾ ਮਾਸ਼ਾਅੱਲਾ ਜੀ ਦਿਨ ਕਿੰਨੇ ਕੁ ਲੈਂਦੀ ਹੈ ਪਈ ਫਰਾਜ਼ ਭਾਈ ਇਹ ਮਾਲਕਾਂ ਦੇ ਦੱਸੇ ਪੰਨਾਂ ਨੇ ਕੱਚੀ ਹੈ ਜਿਹੜਾ ਅੱਛਾ ਦਿਨ 15 ਕੁ ਲੈਂਦੀ ਹੈ ਪਈ 15 ਦੇ 17 ਵੀ ਲੈ ਸਕਦੀ ਹੈ 15 ਦੇ 13 ਵੀ ਲੈ ਸਕਦੀ ਹੈ ਸੋਹਾ ਦੂਸਰਾ ਸੋਹਣਾ ਪਾਲ ਦੋਸਤਾਂ ਵੇਖਣਾ ਮਾਸ਼ਾਅੱਲਾ ਜੀ ਵੱਡੀ ਜਸਾਮਤ ਤੇ ਪਹਿਲਵਾਨ ਚੀਜ਼ ਦੇ ਨੰਬਰ ਆ ਗਈ ਹੈ ਤਿੰਨ ਤੇ ਭਾਈ ਇਸ ਕਰਾਂ ਜ਼ਰਾ ਸਿੱਧੀ ਹੱਥ ਖਿਲਾਰਨੀ ਹੈ ਫਰਾਜ਼ ਭਾਈ ਵੈੜੀ ਦੀ ਤਸੱਲਾ ਬਣਾਣੀ ਹੈ ਪੂਰੀ ਇਹਦੀ ਵੇਲ ਵੀ ਤੇ ਕੱਦ ਹੱਥ ਖਿਲਾਰੋ ਜ਼ਰਾ ਇਹ ਚੈੱਕ ਕਰੋ ਮਾਸ਼ਾਅੱਲਾ ਜੀ ਰਵੇਲ ਦੋਸਤਾਂ ਵੇਖਣੀ ਹੈ ਚੰਗੀ ਰਵੇਲ ਹੈ ਕੀ ਨਸਲ ਹੈ ਭਾਈ ਇਸ ਗਰਾ ਦੀ ਜੀ ਫਰਾਜ਼ ਭਾਈ ਇਹ ਜਰਸੀ ਤੇ ਚੋਲਸਤਾਨੀ ਗਰਾਸ ਹੈ ਜਰਸੀ ਤੇ ਚੋਲਸਤਾਨੀ ਹਾਂਜੀ ਥੋੜੀ ਪਿੱਛੇ ਕਰਾਇਓ ਕੋਈ ਵਿੱਚ ਸਹੀਵਾਲ ਦਾ ਵੀ ਟੱਚ ਹੋਣਾ ਠੀਕ ਹੈ ਖਿਲਾਰੋ ਭਾਈ ਜਾਨ ਇਹ ਚੈੱਕ ਕਰੋ ਮਾਸ਼ਾਅੱਲਾ ਜੀ ਕਿੱਡੀ ਰਵੇਲ ਸਾਰੀਆਂ ਗਾਵਾਂ ਦੀ ਇੰਨੀ ਰਵੇਲ ਨਹੀਂ ਹੁੰਦੀ ਇੰਨਾ ਪਲ ਨਹੀਂ ਹੁੰਦਾ ਦਿਨ 15 ਕੁ ਲੈਰੀ ਤੁਹਾਨੂੰ ਵੀ ਦੋਸਤਾਂ ਚੈੱਕ ਕਰਾ ਦਿੰਦੇ ਹਾਂ ਚੈੱਕ ਕਰਾਓ ਤਸੱਲੀ ਦਾ ਵੈੜੀ ਦੀ ਕੰਨ ਚੈੱਕ ਕਰਾਓ ਮਾਸ਼ਾਅੱਲਾ ਚੈੱਕ ਕਰਾਓ ਲੋ ਜੀ ਦੋਸਤਾਂ ਚੈੱਕ ਕਰੋ ਭਾਈ ਇਸ ਗਰਾ ਦਾ ਚਿਹਰਾ ਵੀ ਸਾਹਮਣੇ ਕਰਨਾ ਜੀ ਮਾਸ਼ਾਅੱਲਾ ਜੀ ਚਿਹਰਾ ਵੀ ਦੋਸਤਾਂ ਨੇ ਵੇਖ ਲੈਣਾ ਪੁੱਠਾ ਵੀ ਦੋਸਤਾਂ ਚੈੱਕ ਕਰਾ ਦਿੰਦੇ ਆ ਨੰਬਰ ਆ ਗਈ ਹੈ ਤਿੰਨ ਤੇ ਇਹ ਚੈੱਕ ਕਰੋ ਮਾਸ਼ਾਅੱਲਾ ਜੀ ਚੰਗਾ ਚੌੜਾ ਪੁੱਠਾ ਵੇ ਸੋਹਾ ਦੂਸਰਾ ਸੋਹਣਾ ਜੀ ਬਿਲਕੁਲ ਫਰੀਜ਼ੀਅਨ ਜਰਸੀ ਤੇ ਚੋਲਸਤਾਨੀ ਠੀਕ ਹੈ ਭਾਈ ਲਾ ਚਲੋ ਜੀ ਕਿੰਨੀ ਘਲੇ ਜਗ੍ਹਾ ਹੈ ਠੀਕ ਹੈ ਥਣ ਵੇਖੋ ਮਾਸ਼ਾਅੱਲਾ ਠੀਕ ਹੈ ਪੂਰਾ ਪਾਵਦਾ ਮੋਟਾ ਥਣ ਹੈ ਆ ਪਿੱਛੇ ਚੈੱਕ ਕਰਾਓ ਜਗ੍ਹਾ ਕਿੰਨੀ ਹੈ ਤੇ ਫਰਾਜ਼ ਭਾਈ ਜਰਾ ਸਿੱਧੀ ਕਰਾ ਲਓ ਜੀ ਇਹ ਵੇਖੋ ਇੰਨੇ ਭੱਲੇ ਕਿਸੇ ਕੋਲ ਵੀ ਨਹੀਂ ਹੁੰਦੇ ਇਹ ਪੰਡਾ ਪਹਾੜੇ ਦੀ ਇਹ ਲਾਏ ਪਈ ਹੈ ਸਟਾਰਟ ਹੋਈ ਹੈ ਠੀਕ ਹੈ ਇਹ ਜਦੋਂ ਇਹਨੇ ਬੰਨਣਾ ਨਾ ਤੇ ਫੇਰ ਇਹਨੇ ਦੱਸਣਾ ਕਿ ਮੈਂ ਕੀ ਚੀਜ਼ ਦਾ ਇਨਸ਼ਾਅੱਲਾ ਇਹ ਚੈੱਕ ਕਰੋ ਜੀ ਚੰਗਾ ਚੋੜਾ ਪੁੱਠਾ ਵੇ ਸਾਹੀਵਾਲ ਜਰਸੀ ਤੇ ਚੋਲਸਤਾਨ ਮਾਸ਼ਾਅੱਲਾ ਜੀ ਰਵੇਲ ਵੀ ਦੋਸਤਾਂ ਵੇਖ ਲੈਣੀ ਹੈ ਨੰਬਰ 3 ਤੇ ਚੈੱਕ ਕਰਾਈਏ ਸ਼ਰਾਫਤ ਵੀ ਦੋਸਤਾਂ ਚੈੱਕ ਕਰਾ ਦਿੱਤੀ ਹੈ ਪ੍ਰਿੰਟ ਵੀ ਦੋਸਤਾਂ ਵੇਖ ਲੈਣਾ ਗਰਮੀ ਦਾ ਹੋਲ ਪਾਰ ਨਹੀਂ ਹੋਏ ਦਾ ਜੀ ਭਾਈ ਅਸਗਰ ਸਾਹਿਬ ਕੀ ਰੇਟ ਜੀ ਦਾ ਜੀ ਫਰਾਜ਼ ਭਾਈ ਜੇ ਤੇ ਫੁੱਲ ਟੁੱਕੀ ਹੋਏ ਤੇ ਫੇਰ ਤੇ ਬੜਿਆਂ ਪੈਸੇ ਆਉਂਦੀ ਹੈ ਫੇਲ ਵਕਤ ਕੱਚੀ ਹੈ ਜਿਹੜੇ ਭਰਾ ਮਿਹਨਤ ਕਰਨੀ ਹੈ ਚਲੋ ਉਹਨੂੰ ਕੋਈ ਫਾਇਦਾ ਹੋਏ ਤੇ ਅਸੀਂ ਤੇ ਜੇ ਦੇ ਕੱਚੇ ਦਾ ਮੁੱਲ ਹੁਣ ਦਾ ਲਾ ਦਿੰਦੇ ਹਾਂ ਠੀਕ ਹੈ
ਅੱਜ ਦੀ ਵੀਡੀਓ ਦਾ ਇਹਦਾ ਰੇਟ ਹੋਏਗਾ 2,80,000 ਰੁਪਏ 2,80,000 ਰੁਪਏ ਇੱਕ ਚੀਜ਼ ਦਾ ਰੇਟ ਜੀ ਠੀਕ ਹੋ ਗਿਆ ਮਜ਼ੀਦ ਕੋਈ ਦੋਸਤਾਂ ਵਾਸਤੇ ਪੈਗਾਮ ਦੋਸਤਾਂ ਵਾਸਤੇ ਪੈਗਾਮ ਇਹ ਹੀ ਹੈ ਜਿਹੜਾ ਦੋਸਤ ਭਰਾ ਕੋਈ ਡੰਗਰ ਲੈਣਾ ਚਾਹੁੰਦਾ ਚੋ ਕੇ ਆ ਕੇ ਤਸੱਲਾ ਕਰਕੇ ਕਰ ਸਕਦਾ ਠੀਕ ਠੀਕ ਹੋ ਗਿਆ ਅਤੇ ਹਰ ਖਰੀਦਦਾਰ ਨੂੰ ਤਾਂ ਸਾਰਿਆਂ ਵਪਾਰੀਆਂ ਨੂੰ ਸਾਡੇ ਵੱਲ ਸਲਾਮ ਅਲੈਕਮ ਤੁਹਾਡੀ ਸਾਰੀ ਟੀਮ ਨੂੰ ਸਲਾਮ ਜੀ ਬਹੁਤ ਸ਼ੁਕਰੀਆ ਜੀ ਭਾਈ ਅਸਗਰ ਸਾਹਿਬ ਉਮੀਦ ਕਰਨਾ ਦੋਸਤਾਂ ਨੂੰ ਵੀਡੀਓ ਪਸੰਦ ਆਈ ਹੋਈ ਬੱਚੀ ਦੋਸਤਾਂ ਇੱਕ ਦਫ਼ਾ ਫਿਰ ਵੇਖਣੀ ਬੜੀ ਪਿਆਰੀ ਬੱਚੀ ਹੈ ਕੀਮਤ 75,000 ਜਰਸੀ ਅਤੇ ਸਹੀਵਾਲ ਕਰਾਸ ਇਜਾਜ਼ਤ ਚਾਹੁੰਦੇ ਹਾਂ ਅੱਲਾ ਹਾਫਿਜ਼।